ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਚਰਨਜੀਤ ਸਿੰਘ। ਤੁਸੀਂ ਦੇਖ ਰਹੇ ਆਪਣਾ ਯੂਟਿਊਬ ਚੈਨਲ। ਜਿਹੜੀਆਂ ਵਰਾਇਟੀਆਂ ਹੁਣ ਬੂਰ ਪੈਣ ਦੀ ਸਟੇਜ ਤੋਂ ਲੰਘ ਚੁੱਕੀਆਂ ਨੇ, ਸਾਰੇ ਝੋਨੇ ਹੁਣ ਲਗਭਗ ਜਿਹੜੇ ਆ ਇਸ ਸਟੇਜ ਦੇ ਉੱਪਰ ਆਉਣੇ ਆ, ਜਿਹਨੂੰ ਆਪਾਂ ਡੱਬ ਸਟੇਜ ਕਹਿੰਦੇ ਹਾਂ। ਇਹਦੇ ਵਿੱਚ ਆਪਾਂ ਪਾਣੀ ਦਾ ਮੈਨੇਜਮੈਂਟ ਕਿਸ ਤਰੀਕੇ ਕਰਨਾ, ਪਿੱਛੇ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਦੱਸਿਆ ਸੀ ਕਿ ਬੂਰ ਪੈਣ ਸਮੇਂ ਆਪਾਂ ਮੁੰਜਰਾਂ ਬਾਹਰ ਆਉਣ ਤੋਂ ਲੈ ਕੇ ਦੋਧਾ ਭਰਨ ਤੱਕ ਕਿਸ ਤਰੀਕੇ ਪਾਣੀ ਲਾਉਣਾ ਹੈ। ਹੁਣ ਆਪਾਂ ਅੱਗੇ ਜਾਣਦੇ ਹਾਂ ਕਦੋਂ ਆਪਾਂ ਪਾਣੀ ਬੰਦ ਕਰਨਾ ਹੈ, ਜਾਂ ਇਸ ਸਟੇਜ ਦੇ ਉੱਪਰ ਆਪਾਂ ਪਾਣੀ ਜਿਹੜਾ ਕਿਸ ਤਰੀਕੇ ਸਾਰੀ ਪਾਣੀ ਦੀ ਮੈਨੇਜਮੈਂਟ ਜਿਹੜੀ ਇਹ ਹੁਣ ਆਪਾਂ ਕਰਨੀ ਹੈ। ਸਭ ਤੋਂ ਪਹਿਲਾਂ ਜਿਹੜੇ ਨਵੇਂ ਕਿਸਾਨ ਪਹਿਲੀ ਵਾਰੀ ਆਪਣੇ ਚੈਨਲ 'ਤੇ ਆਏ ਨੇ, ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਲੱਗਾ ਬੈਲ ਦਾ ਬਟਨ ਵੀ ਦਬਾ ਲਓ, ਤਾਂ ਕਿ ਹੋਰ ਵੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਮੁੰਜਰ ਬਾਹਰ ਆਉਣ ਤੋਂ ਬੂਰ ਝੜ ਜਾਣ ਤੱਕ ਦੋਧਾ ਭਰਨ ਤੱਕ ਆਪਾਂ ਪਾਣੀ ਜ਼ਮੀਨ ਦੇ ਵਿੱਚ ਜਿਹੜਾ ਪੈਲੀ ਦੇ ਵਿੱਚ ਖਲੋਤਾ ਰਹਿਣਾ ਚਾਹੀਦਾ, ਪਾਣੀ ਸੁੱਕਣਾ ਨਹੀਂ ਚਾਹੀਦਾ। ਇਹ ਜਿਹੜੀ ਚੀਜ਼ ਆਪਾਂ ਪਿੱਛੇ ਦੱਸੀ ਸੀ, ਹੁਣ ਇਸ ਤੋਂ ਬਾਅਦ ਦੇ ਵਿੱਚ ਜਦੋਂ ਦੋਧਾ ਭਰਨਾ ਸਟਾਰਟ ਹੋ ਜਾਂਦਾ ਹੈ, ਇਸ ਟਾਈਮ ਜੇ ਆਪਾਂ ਪਾਣੀ ਲਾਉਂਦੇ ਸਮੇਂ ਕੁਝ ਕੁ ਸਾਵਧਾਨੀਆਂ ਨਹੀਂ ਵਰਤਦੇ, ਤਾਂ ਆਪਾਂ ਨੂੰ ਝਾੜ ਦੇ ਉੱਪਰ ਨੁਕਸਾਨ ਦੇਖਣ ਨੂੰ ਮਿਲਦਾ ਹੈ। ਕਿਸ ਤਰੀਕੇ ਆਪਣਾ ਨੁਕਸਾਨ ਹੁੰਦਾ ਹੈ ਅੱਗੇ ਆਪਾਂ ਵੀਡੀਓ ਦੇ ਵਿੱਚ ਜਾਣਦੇ ਹਾਂ। ਜਦੋਂ ਝੋਨੇ ਦੀ ਡੱਬ ਸਟੇਜ ਆਉਂਦੀ ਹੈ, ਜਦੋਂ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਜਦੋਂ ਆਪਾਂ ਦੁੱਧ ਹਾਰਡ ਹੋਣ ਤੋਂ ਬਾਅਦ ਦੀ ਗੱਲ ਹੈ, ਜਦੋਂ ਆਪਾਂ ਦਾਣੇ ਨੂੰ ਨੱਪਦੇ ਹਾਂ, ਵਿੱਚੋਂ ਆਟੇ ਵਰਗਾ ਪਦਾਰਥ ਜਿਹੜਾ ਨਿਕਲਦਾ ਹੈ, ਇਸ ਟਾਈਮ ਆਪਾਂ ਪਾਣੀ ਜ਼ਮੀਨ ਦੇ ਵਿੱਚ ਝੋਨੇ ਦੇ ਵਿੱਚ ਖੜਾ ਬਿਲਕੁਲ ਨਹੀਂ ਰੱਖਣਾ। ਹੁਣ ਆਪਾਂ ਫਿਰ ਤੋਂ ਪੁਰਾਣੀਆਂ ਜਿਹੜੀਆਂ ਚੀਜ਼ਾਂ ਆਪਾਂ ਪਿੱਛੇ ਜਿਵੇਂ ਪਾਣੀ ਲਾਉਂਦੇ ਆਏ ਹਾਂ, ਇੱਕ ਵਾਰੀ ਪਾਣੀ ਲਾ ਦਿੱਤਾ, ਪਾਣੀ ਸੁੱਕ ਗਿਆ, ਚਿੱਟੀ ਜ਼ਮੀਨ ਨਹੀਂ ਹੋਣ ਦੇਣੀ, ਪਾਣੀ ਜੀਰ ਗਿਆ, ਉਸ ਤੋਂ ਬਾਅਦ ਦੇ ਵਿੱਚ ਫਿਰ ਤੋਂ ਆਪਾਂ ਪਾਣੀ ਲਾ ਦੇਣਾ, ਜਦੋਂ ਮਰਜ਼ੀ ਜੀਰ ਗਿਆ। ਜ਼ਰੂਰੀ ਨਹੀਂ ਕਿ ਆਪਾਂ ਇੱਕ ਵਾਰੀ ਪਾਣੀ ਲਾ ਦਿੱਤਾ ਫਿਰ ਇੱਕ ਦਿਨ ਬਾਅਦ ਲਾਉਣਾ ਹੈ ਜਾਂ 2 ਦਿਨ ਬਾਅਦ ਲਾਉਣਾ ਹੈ। ਹੁਣ ਪਾਣੀ ਆਪਾਂ ਉਦੋਂ ਲਾਉਣਾ ਜਦੋਂ ਇੱਕ ਵਾਰੀ ਪਾਣੀ ਪੂਰੀ ਤਰ੍ਹਾਂ ਜੀਰ ਗਿਆ, ਜ਼ਮੀਨ ਸੁੱਕਣ ਤੋਂ ਪਹਿਲਾਂ ਆਪਾਂ ਪਾਣੀ ਜਿਹੜਾ ਲਾ ਦੇਣਾ। ਇਸ ਤੋਂ ਬਾਅਦ ਦੇ ਵਿੱਚ ਜਦੋਂ ਆਪਣੀ ਮੁੰਜਰ ਤਕਰੀਬਨ 80% ਲਾਲ ਹੋ ਜਾਂਦੇ ਆ, ਆਪਣੇ ਦਾਣੇ ਜਿਹੜੇ ਆ ਪੂਰੀ ਤਰ੍ਹਾਂ ਹਾਰਡ ਹੋ ਜਾਂਦੇ ਆ, ਉਸ ਟਾਈਮ ਜਾ ਕੇ ਆਪਾਂ ਪਾਣੀ ਬਿਲਕੁਲ ਆਪਣੀ ਪੈਲੀ ਦਾ ਝੋਨੇ ਦਾ ਪਾਣੀ ਜਿਹੜਾ ਬੰਦ ਕਰ ਦੇਣਾ। ਉਸ ਟਾਈਮ ਆਪਾਂ ਪਾਣੀ ਝੋਨੇ ਨੂੰ ਨਹੀਂ ਲਾਉਣਾ। ਇਸ ਟਾਈਮ ਜੇ ਆਪਾਂ ਪਾਣੀ ਲਾਉਣੇ ਆ, ਇਹਦੇ ਨਾਲ ਇੱਕ ਤਾਂ ਝੋਨਾ ਅਗੇਤਾ ਪਛੇਤਾ ਪੱਕਦਾ, ਵਿੱਚ ਕੁਝ ਦਾਣੇ ਹਰੇ ਰਹਿ ਜਾਂਦੇ ਨੇ, ਕੁਝ ਪੱਕ ਜਾਂਦੇ ਨੇ, ਇਸ ਤਰੀਕੇ ਦੇ ਨਾਲ ਹੁੰਦਾ। ਦੂਸਰੇ ਨੰਬਰ 'ਤੇ ਆਪਣਾ ਝੋਨਾ ਮਰਨ ਵੱਲ ਨੂੰ ਵੱਧ ਰਿਹਾ, ਤਾਂ ਪਾਣੀ ਦੇ ਨਾਲ ਸਗੋਂ ਆਪਣੇ ਬੂਟੇ ਗਲ ਜਾਂਦੇ ਨੇ, ਡਿੱਗ ਪੈਂਦੇ ਨੇ। ਜ਼ਿਆਦਾਤਰ ਝੋਨਾ ਜਦੋਂ ਡਿੱਗਣ ਦੀ ਸਮੱਸਿਆ ਆਉਂਦੀ ਹੈ, ਗਲਤੀ ਉਹਦੇ ਪਿੱਛੇ ਇਹੀ ਹੁੰਦੀ ਹੈ ਕਿ ਆਪਾਂ ਪੱਕਣ 'ਤੇ ਜਾ ਕੇ ਵੀ ਪਾਣੀ ਪੂਰਾ ਭਰ ਕੇ ਰੱਖਦੇ ਹਾਂ, ਜਿਹਦੇ ਨਾਲ ਝੋਨਾ ਗਲ ਜਾਂਦਾ ਹੈ। ਜੇ ਹੋਪਰ ਨਹੀਂ ਵੀ ਆਉਂਦਾ, ਹੋਪਰ ਆ ਜਾਂਦਾ ਫਿਰ ਤਾਂ ਡਿੱਗ ਹੀ ਪੈਂਦਾ, ਜੇ ਨਹੀਂ ਆਉਂਦਾ ਤਾਂ ਵੀ ਹਵਾ ਚੱਲਣ ਦੇ ਨਾਲ ਆਪਣਾ ਝੋਨਾ ਜਿਹੜਾ ਡਿੱਗ ਪੈਂਦਾ। ਜਿੰਨਾ ਚਿਰ ਤੱਕ ਦੁੱਧ ਹਾਰਡ ਨਹੀਂ ਹੋ ਜਾਂਦਾ, ਉਨਾ ਚਿਰ ਤੱਕ ਜਦੋਂ ਤੱਕ ਆਪਣੇ ਦਾਣੇ ਹਰੇ ਨੇ, ਉਨਾ ਚਿਰ ਤੱਕ ਆਪਾਂ ਜ਼ਮੀਨ ਦੇ ਵਿੱਚ ਪਾਣੀ ਜਿਹੜਾ ਰੱਖਣਾ ਹੈ 5 ਸੈਂਟੀਮੀਟਰ ਤੱਕ, ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸਿਆ ਸੀ। ਪਰ ਜਦੋਂ ਆਪਣੇ ਦਾਣੇ ਲਾਲ ਹੋਣੇ ਸਟਾਰਟ ਹੋ ਜਾਂਦੇ ਨੇ, ਉਸ ਟਾਈਮ ਆਪਾਂ ਪਾਣੀ ਫਿਰ ਤੋਂ ਪੁਰਾਣੀਆਂ ਗੱਲਾਂ ਜਿਹੜੀਆਂ ਨੇ ਉਹ ਯਾਦ ਕਰਨੀਆਂ ਨੇ। ਪਿੱਛੇ ਜਿਵੇਂ ਆਪਾਂ ਪਾਣੀ ਲਾਉਂਦੇ ਹਾਂ, ਉਸੇ ਤਰੀਕੇ ਦੇ ਨਾਲ ਪਾਣੀ ਲਾਉਣਾ ਹੈ। ਜਦੋਂ ਮੁੰਜਰ 80% ਤੱਕ ਲਾਲ ਹੋ ਜਾਂਦੀ ਹੈ, ਉਸ ਟਾਈਮ ਆਪਾਂ ਪਾਣੀ ਜਿਹੜਾ ਬੰਦ ਕਰ ਦੇਣਾ। ਪਾਣੀ ਦਾ ਹੁਣ ਬੂਰ ਪੈਣ ਤੋਂ ਲੈ ਕੇ ਹੁਣ ਤੱਕ ਬਹੁਤ ਵੱਡਾ ਰੋਲ ਹੁੰਦਾ, ਪਰ ਆਪਾਂ ਇਹਨੂੰ ਜਾਣਦੇ ਨਹੀਂ ਗੇ ਇੰਨਾ ਜ਼ਿਆਦਾ, ਇਹਦੇ ਉੱਪਰ ਆਪਾਂ ਧਿਆਨ ਨਹੀਂ ਦਿੰਦੇ। ਪਰ ਬੂਰ ਪੈਣ ਤੋਂ ਲੈ ਕੇ ਮੁੰਜਰ ਬਾਹਰ ਆਉਣ ਤੋਂ ਲੈ ਕੇ ਪੱਕਣ ਤੱਕ, ਝੋਨਾ ਵੱਢਣ ਤੱਕ ਪਾਣੀ ਦਾ ਬਹੁਤ ਵੱਡਾ ਰੋਲ ਹੁੰਦਾ, ਇਹਦੇ ਉੱਪਰ ਬਹੁਤ ਜ਼ਿਆਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਦਾਣੇ ਦੱਬਣ 'ਤੇ ਜਦੋਂ ਆਟੇ ਵਰਗਾ ਪਦਾਰਥ ਵਿੱਚੋਂ ਨਿਕਲਦਾ, ਇਸ ਟਾਈਮ ਜੇ ਆਪਾਂ ਜ਼ਿਆਦਾ ਪਾਣੀ ਖੜਾ ਰੱਖਦੇ ਹਾਂ, ਤਾਂ ਹੀ ਹੋਪਰ ਵੀ ਜ਼ਿਆਦਾ ਇਸੇ ਟਾਈਮ ਹੀ ਪੈਦਾ ਹੁੰਦਾ ਹੈ। ਅੱਜ ਤੋਂ 7-8 ਦਿਨਾਂ ਨੂੰ 10 ਦਿਨਾਂ ਨੂੰ ਹੋਪਰ ਦਾ ਅਟੈਕ ਆਪਾਂ ਨੂੰ ਦੇਖਣਾ ਚਾਲੂ ਹੋ ਜਾਣਾ ਹੈ। ਜਿਹੜੇ ਕਿਸਾਨ ਪੁੱਛਦੇ ਨੇ ਕਦੋਂ ਸਪਰੇ ਕਰੀਏ, ਤਿਆਰ ਰਹੋ, ਟੈਨਸ਼ਨ ਨਾ ਲਓ, ਤੁਸੀਂ ਤਿਆਰ ਰਹੋ। ਜਿਨ੍ਹਾਂ ਨੇ ਪੁਦਾਨ ਪਾਈਏ ਉਹ ਤਾਂ ਸਪਰੇ ਲਿਆ ਕੇ ਜ਼ਰੂਰ ਰੱਖੋ, ਕਰਨੀ ਪੈਣੀ ਹੈ ਆਪਾਂ ਨੂੰ। ਅਤੇ ਜਿਨ੍ਹਾਂ ਨੇ ਪੁਦਾਨ ਨਹੀਂ ਪਾਈ ਪਿਛਲੀਆਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਦੱਸਦੇ ਰਹੇ ਹਾਂ, ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਨੂੰ ਬਹੁਤਾ ਘਬਰਾਉਣ ਦੀ ਲੋੜ ਨਹੀਂ ਹੈ, ਬਹੁਤ ਜ਼ਿਆਦਾ ਘੱਟ ਚਾਂਸ ਨੇ ਆਪਣੀ ਜ਼ਮੀਨ ਦੇ ਵਿੱਚ ਹੋਪਰ ਆਉਣ ਦੇ। ਸੋ ਇਹੀ ਕੋਈ ਛੋਟੀ ਜਿਹੀ ਵੀਡੀਓ ਸੀ ਜਿਹੜੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ। ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸ ਸਕਦੇ ਹੋ, ਵੀਡੀਓ ਚੰਗੀ ਲੱਗੇ ਲਾਈਕ ਕਰ ਜਾਇਆ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ